ਸੱਜਣੋ ਤੇ ਮਿੱਤਰੋ ਮੈਂ ਤੁਹਾਡਾ ਆਪਣਾ ਸਿੰਗਰ ਨਾਸਰ ਫਰਾਜ ਐਵੇਂ ਨਹੀਂ ਨਾਸਰ ਫਰਾਜ ਬੋਲਦਾ ਪਾਉਂਦਾ ਭੰਗੜੇ ਤਾਂ ਬੋਲਦਾ ਜੇ ਕੋਈ ਕੰਮ ਦੀ ਗੱਲ ਹੋਵੇ ਤਾਂ ਬੋਲਦਾ ਅਤੇ ਕੰਮ ਦੀ ਗੱਲ ਅੱਜ ਕਿਹੜੀ ਕੰਮ ਦੀ ਗੱਲ ਅੱਜ ਇਹ ਕਿ ਮੇਰੇ ਬਹੁਤ ਅੱਛੇ ਦੋਸਤ ਬਾਬਰ ਸਾਹਿਬ ਜਿਹੜੇ ਸਾਡੇ ਰੰਗ ਆਸ਼ਨਾ ਦੇ ਰੂਵੇ ਰਵਾਂ ਸਨ ਨਾਮ ਇਹਨਾਂ ਨੇ ਇੱਕ ਬਹੁਤ ਅੱਛੀ ਇੱਥੇ ਨੁਮਾਇਸ਼ ਸਜਾਈ ਅਤੇ ਅੱਲਾ ਨੇ ਇਹਨਾਂ ਨੂੰ ਇੱਜ਼ਤ ਬੜੀ ਨਾਵਲਾ ਦਿੱਤੀ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਹੜੀ ਕਿਹੜੀ ਕੰਪਨੀਆਂ ਨੇ ਆ ਕੇ ਅਤੇ ਨਾਮ ਇਹਨਾਂ ਦੇ ਕੰਮ ਨੂੰ ਦੇਖਿਆ ਅਤੇ ਸਰਾਹਿਆ ਇਹਨਾਂ ਉਸ ਤੋਂ ਬਾਅਦ ਨਾ ਫੈਸਲਾ ਕੀਤਾ ਗਿਆ ਪਲਾਹ ਪਲੋਈ ਨਾਮ ਕਿ ਇਹਨਾਂ ਨਾਮ ਗੋਲਡ ਮੈਡਲ ਜਿਹੜਾ ਨਾ ਇਹ ਜਿਹੜਾ ਇਹ ਪਹਿਨਾਇਆ ਜਾਏ ਨਾਮ ਕਿਉਂਕਿ ਇਹਨਾਂ ਦੀ ਕਾਰਕਰਦਗੀ ਬਹੁਤ ਅੱਛੀ ਸੀ ਨਾਮ ਅਤੇ ਉਹ ਪਲਾਹ ਪਲੋ ਅੱਜ ਇਹਨਾਂ ਨੂੰ ਪਹਿਨਾ ਦਿੱਤਾ ਗਿਆ ਇਨਾਮ ਅਤੇ ਮੈਂ ਇਹਨਾਂ ਨੂੰ ਮੁਬਾਰਕਬਾਦ ਪੇਸ਼ ਕਰਨਾ ਅਤੇ ਜਨਾਬ ਤੁਸੀਂ ਇਹ ਜਿਹੜਾ ਗੋਲਡ ਮੈਡਲ ਹੈ ਇਹ ਦੱਸੋ ਆਪ ਰੱਖਣਾ ਚਾਹੁੰਦੇ ਜਾਂ ਕਿਸੇ ਨੂੰ ਦੇਣਾ ਚਾਹੁੰਦੇ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਸਭ ਤੋਂ ਪਹਿਲੇ ਮੈਂ ਅੱਲਾਹ ਤਾਲਾ ਕਾ ਸ਼ੁਕਰੀਆ ਅਦਾ ਕਰਤਾ ਹੂੰ ਲੱਖ ਲੱਖ ਬਾਰ ਕਰੋੜ ਕਰੋੜ ਬਾਰ ਸ਼ੁਕਰ ਅਦਾ ਕਰਤਾ ਹੂੰ ਅੱਲਾਹ ਕੀ ਜ਼ਾਤ ਕਾ ਔਰ ਹਜ਼ੂਰ ਪਸਲਮ ਪੇ ਲੱਖੋ ਕਰੋੜ ਅਰਬ ਖਰਬ ਦਰੁਦ ਸਲਾਮ ਕਿ ਅੱਲਾਹ ਨੇ ਮੁਝੇ ਇਹ ਇੱਜ਼ਤ ਬਖਸ਼ੀ ਔਰ ਇਹ ਜੋ ਮੇਰਾ ਅਜ਼ਾਜ਼ ਹੈ ਜੋ ਮੇਰਾ ਅਵਾਰਡ ਹੈ ਇਹ ਮੈਂ ਆਪਣੇ ਅਸਾਜ਼ਾ ਕਰਾਮ ਉਨਕੇ ਨਾਮ ਕਰਤਾ ਹੂੰ ਜਿਨ੍ਹਾਂ ਨੇ ਕੁਰਾਨ ਪਾਕ ਲਿਖਾ ਹੈ ਔਰ ਜੋ ਹਾਫਜ਼ ਕੁਰਾਨ ਹੈ ਹਮਾਰੇ ਜਿਤਨੇ ਵੀ ਅਸਾਜ਼ਾ ਕਰਾਮ ਇਸ ਦੁਨੀਆ ਫਾਨੀ ਸੇ ਜੋ ਚਲੇ ਗਏ ਹੈ ਔਰ ਜੋ ਹਯਾਤ ਹੈ ਇਹ ਮੈਂ ਅਵਾਰਡ ਆਪਣੇ ਵਾਲਦੈਨ ਔਰ ਅਸਾਜ਼ਾ ਕਰਾਮ ਕੀ ਤਰਫ ਇਹ ਮਨਸੂਬ ਕਰਤਾ ਹੂੰ ਇਹ ਇਜ਼ਤੇ ਜੋ ਮਿਲੀ ਹੈ ਮੁਝੇ ਵਾਲਦੈਨ ਕੀ ਦੁਆਓਂ ਔਰ ਅਸਾਜ਼ਾ ਕੀ ਦੁਆਓਂ ਕੀ ਵਜ੍ਹਾ ਸੇ ਮਿਲੀ ਹੈ ਅਸੀਂ ਦੂਸਰਾ ਸ਼ੁਕਰੀਆ ਅਦਾ ਕਰਨਾ ਇਹਨਾਂ ਖਾਕਾਨ ਹੈਦਰ ਗਾਦੇ ਸਾਹਿਬ ਦਾ ਜਿਹੜੇ ਸਾਡੇ ਪਲਾਕ ਦੇ ਨਾਮ ਡਾਇਰੈਕਟਰ ਨੇ ਇਨਾਮ ਉਹ ਬੜੇ ਫਨਕਾਰ ਪ੍ਰਸਤ ਨੇ ਯਕੀਨ ਕਰ ਲਓ ਕਿਸੇ ਦੇ ਕੰਮ ਨੂੰ ਨਾ ਬਸਣਾ ਜਾਣ ਨਹੀਂ ਦਿੰਦੇ ਦਾ ਇਨਾਮ ਅਤੇ ਇਹਨਾਂ ਨੇ ਪਤਾ ਕੀ ਕੀਤਾ ਇਹਨਾਂ ਨੇ ਵੀ ਆਪਣੇ ਕੰਮ ਨਾਲ ਮਨਵਾਇਆ ਅਤੇ ਆਪਣੇ ਕੰਮ ਦੇ ਚੱਕੇ ਨੇ ਫੱਟੇ ਅਤੇ ਨੱਪੀਏ ਕਿੱਲੀ ਪਲਾਕ ਤੋਂ ਲੈ ਕੇ ਦਿੱਲੀ ਟੁਰ